ਹੈਲੋ ਫਰੈਂਡਸ ਆਈ ਐਮ ਸੁਖਮਨ ਕੌਰ ਵੈਲਕਮ ਟੂ ਮਾਈ YouTube ਚੈਨਲ ਅੱਜ ਸਾਡਾ ਟੌਪਿਕ ਹੈਗਾ ਵੀ ਜੀਐਨਐਮ ਫਰਸਟイヤー ਵਿੱਚ ਕਿਹੜੇ-ਕਿਹੜੇ ਸਬਜੈਕਟ ਹੁੰਦੇ ਹੈਗੇ ਆ ਮੈਂ ਉਹਨਾਂ ਬਾਰੇ ਤੁਹਾਨੂੰ ਅੱਜ ਡਿਟੇਲ ਵਿੱਚ ਦੱਸੂਗੀ ਕਿੰਨੇ ਸਬਜੈਕਟ ਹੁੰਦੇ ਆ ਕਿੰਨਾ-ਕਿੰਨਾ ਦੇ ਅੰਡਰ ਆਉਂਦੇ ਆ ਐਂਡ ਕਿੰਨੇ ਦੇ ਪੇਪਰ ਹੁੰਦੇ ਹੈਗੇ ਜੀਐਨਐਮ ਫਰਸਟイヤー ਵਿੱਚ ਸੋ ਫਰੈਂਡਸ ਮੇਨਲੀ ਸਾਡੇ ਕੋਲ ਚਾਰ ਸਬਜੈਕਟ ਹੁੰਦੇ ਹੈਗੇ ਠੀਕ ਹੈ ਫਰਸਟ ਇਜ਼ ਆ ਫੰਡਾਮੈਂਟਲ ਆਫ ਨਰਸਿੰਗ ਸੈਕੰਡ ਇਜ਼ ਆ ਬਿਹੇਵੀਅਰ ਸਾਇੰਸ ਅ ਐਂਡ ਕਮਿਊਨਿਟੀ ਹੈਲਥ ਨਰਸਿੰਗ ਐਂਡ ਨੈਕਸਟ ਇਜ਼ ਬਾਇਓਸਾਇੰਸ ਨਾਓ ਫਰੈਂਡਸ ਸਬਜੈਕਟ ਆਫ ਜੀਐਨਐਮ ਫਸਟ ਇਅਰ ਆਪਾਂ ਜਾਣਾਂਗੇ ਜੀਐਨਐਮ ਫਸਟ ਇਅਰ ਵਿੱਚ ਕਿੰਨੇ ਸਬਜੈਕਟ ਹੁੰਦੇ ਆ ਟੋਟਲ ਇਹਦੇ ਵਿੱਚ ਫਰੈਂਡਸ 9 ਸਬਜੈਕਟ ਹੁੰਦੇ ਆ ਪਰ ਇਹਦੇ ਵਿੱਚ ਜਿਹੜੇ ਪੇਪਰ ਹੈਗੇ ਉਹ 4 ਹੀ ਹੁੰਦੇ ਹੈਗੇ ਠੀਕ ਹੈ ਅ ਜਿਹੜੇ ਸਬਜੈਕਟ ਹੁੰਦੇ ਉਹ ਵੀ 4 ਹੀ ਹੁੰਦੀ ਆ ਪਰ 9 ਹੀ ਕਿਉਂ ਹੁੰਦੇ ਆ ਕਿਉਂਕਿ ਜਿਹੜੇ ਬਾਕੀ ਸਬਜੈਕਟ ਹੈਗੇ ਉਹ ਚਾਰ ਸਬਜੈਕਟ ਦੇ ਅੰਡਰ ਆਉਂਦੇ ਹੈਗੇ ਠੀਕ ਹੈ ਫਸਟ ਸਬਜੈਕਟ ਇਜ਼ ਬਾਇਓਸਾਇੰਸ ਬਾਇਓ ਸਾਇੰਸ ਬਿਹੇਵੀਅਰ ਸਾਇੰਸ ਐਂਡ ਫੰਡਮੈਂਟਲ ਆਫ ਨਰਸਿੰਗ ਐਂਡ ਕਮਿਊਨਿਟੀ ਹੈਲਥ ਨਰਸਿੰਗ ਜਿਹੜਾ ਬਾਇਓ ਸਾਇੰਸ ਹੈਗਾ ਇਹਦੇ ਵਿੱਚ ਸਾਇੰਸ ਦੀ ਸਟਡੀ ਕੀਤੀ ਜਾਂਦੀ ਠੀਕ ਹੈ ਐਨਾਟਮੀ ਐਂਡ ਮਾਈਕਰੋ ਐਨਾਟਮੀ ਮੀਨਸ ਸਟਡੀ ਆਫ ਬੋਡੀ ਐਂਡ ਮਾਈਕਰੋ ਮੀਨ ਦੀ ਸਟੱਡੀ ਆਫ ਮਾਈਕਰੋ ਆਰਗੇਨਿਜ਼ਮ ਠੀਕ ਹੈ ਬਿਹੇਵੀਅਰ ਇਸ ਦੇ ਵਿੱਚ ਸੋਸ਼ੀਓਲੋਜੀ ਐਂਡ ਸਾਈਕੋਲੋਜੀ ਠੀਕ ਹੈ ਫਰੈਂਡਸ ਫੰਡਾਮੈਂਟਲ ਆਫ ਨਰਸਿੰਗ ਇਹਦੇ ਵਿੱਚ ਇਹਦੇ ਅੰਡਰ ਸਬਜੈਕਟ ਆਉਂਦੇ ਹੈਗੇ ਟੂ ਫੰਡਾਮੈਂਟਲ ਐਂਡ ਫਸਟ ਹੈ ਠੀਕ ਹੈ ਕਮਿਊਨਿਟੀ ਹੈਲਥ ਨਰਸਿੰਗ ਫਰੈਂਡਸ ਇਹਦੇ ਵਿੱਚ ਤਿੰਨ ਸਬਜੈਕਟ ਕਵਰ ਹੁੰਦੇ ਹੈਗੇ ਠੀਕ ਹੈ ਕਮਿਊਨਿਟੀ ਕਮਿਊਨੀਕੇਸ਼ਨ ਐਂਡ ਹੈਲਥ ਐਜੂਕੇਸ਼ਨ ਸੋ ਫਰੈਂਡਸ ਸਾਡੇ ਟੋਟਲ ਸਬਜੈਕਟ ਹੋਗੇ 9 ਠੀਕ ਹੈ ਪਰ ਜਿਹੜੇ ਇਹਨਾਂ ਦੇ ਮੇਨ ਪੇਪਰ ਹੈਗੇ ਆ ਉਹ 4 ਹੁੰਦੇ ਹੈ ਠੀਕ ਹੈ ਥੈਂਕ ਯੂ ਫਰੈਂਡਸ ਟੂ ਵਾਚਿੰਗ ਮਾਈ ਵੀਡੀਓ ਐਂਡ ਲਾਈਕ ਕਮੈਂਟ ਐਂਡ ਸ਼ੇਅਰ ਮਾਈ ਵੀਡੀਓ ਐਂਡ ਆਲਸੋ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਥੈਂਕ ਯੂ ਫॉर ਵਾਚਿੰਗ